ਮੇਰੇ ਨਾਲ ਮੇਰੇ YouTube ਤੇ ਜੁੜੇ ਪਿਆਰਾਂ ਦੇ ਪ੍ਰਾਪਰੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਜੋ ਅੱਜ ਦਾ ਵਿਸ਼ਾ ਹੈ ਇਹ ਮੈਂ ਇਹ ਧਰਨਿਆਂ ਦੇ ਉੱਤੇ ਜਿਹੜੇ ਸਾਡੇ ਨੌਜਵਾਨ ਪੜ੍ਹੇ ਲਿਖੇ ਸਪੀਕਰ ਜੋ ਬੋਲਦੇ ਨੇ ਉਹਨਾਂ ਨੂੰ ਸੁਣ ਕੇ ਹੀ ਮੇਰਾ ਦਿਲ ਕੀਤਾ ਮੈਂ ਥੋੜੀ ਜੀ ਇਹਨਾਂ ਦੀ ਨੌਲੇਜ ਵਾਸਤੇ ਕੁਝ ਨਾ ਕੁਝ ਵੱਖਰਾ ਪਾਵਾਂ ਕਿਉਂਕਿ ਮੈਂ ਦੇਖਿਆ ਇਹ ਜੋ ਨੌਜਵਾਨ ਬਸਾਚੀ ਦੀਆਂ ਟੀ-ਸ਼ਰਟਾਂ ਦੇ ਵਿੱਚ ਪੋਲੋ ਦੀਆਂ ਟੀ-ਸ਼ਰਟਾਂ ਪਾ ਕੇ ਤੇ ਜੀਨਾਂ ਪਾ ਕੇ ਉੱਥੇ ਕਾਉਬੋਏ ਬੂਟਸ ਪਾ ਕੇ ਲਾ ਕੇ ਬਸਾਚੀ ਦੀਆਂ ਸਨក្លਸੇਸ ਗੂਚੀ ਦੀਆਂ ਸਨក្លਸੇਸ ਤੇ ਉੱਥੇ ਆ ਕੇ ਧਰਨਿਆਂ ਨੂੰ ਸੰਬੋਧਨ ਕਰਦੇ ਨੇ ਜਾਂ ਫਿਰ ਵੀਡੀਓ ਨੂੰ ਇੰਟਰਵਿਊ ਦਿੰਦੇ ਨੇ ਜਿਸ ਦੇ ਵਿੱਚ ਇਹਨਾਂ ਨੇ ਆਪਣੇ ਹੀਰੋ ਉਹ ਲੋਕੀ ਬਣਾਏ ਹੋਏ ਨੇ ਸਾਧ ਸੰਤ ਜਿਨ੍ਹਾਂ ਨੇ ਗੁੰਡਾਗਰਦੀ ਕਰਕੇ ਸਟੇਟ ਦੇ ਵਿੱਚ ਕਤਲ ਇਹਮ ਕਰਵਾਇਆ ਤੇ ਸਟੇਟ ਨੂੰ 20 ਸਾਲ ਪਿੱਛੇ ਕਰ ਦਿੱਤਾ ਪਰ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਅਸਲੀ ਹੀਰੋ ਖਾਸ ਕਰਕੇ ਕਰਸਾਣੀ ਦੇ ਜਿਹੜਾ ਕਿ ਸਾਡਾ ਸਟੇਟ ਜਿਹੜਾ ਖੇਤੀ ਪ੍ਰਧਾਨ ਦੇ ਸਟੇਟ ਹੈਗਾ ਤੇ ਉਸ ਦੇ ਜੋ ਅਸਲੀ ਹੀਰੋ ਨੇ ਉਹ ਤਾਂ ਕਦੇ ਸ਼ਾਇਦ ਇਹਨਾਂ ਨੇ ਜਾਣ ਦੀ ਕੋਸ਼ਿਸ਼ ਵੀ ਨਾ ਕੀਤੀ ਹੋਵੇ ਤੇ ਨਾ ਹੀ ਇਹਨਾਂ ਨੇ ਕੋਈ ਪਬਲਿਕ ਨੂੰ ਕਦੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਤਾਂ ਇਹ ਬੜਾ ਸੁਨਰੀ ਮੌਕਾ ਹੁੰਦਾ ਏਦਾਂ ਦਾ ਜਿੱਥੇ ਨਵੀਂ ਪਨੀਰੀ ਬੈਠੀ ਹੋਵੇ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਤੇ ਮੇਰਾ ਅੱਜ ਪਾਰਟ ਪਹਿਲਾ ਹੈਗਾ ਜਿਸ ਦੇ ਵਿੱਚ ਮੈਂ ਤੁਹਾਨੂੰ ਜਾਣਨਾ ਪਾਵਾਂਗਾ ਪੰਜਾਬ ਦੇ ਵਿੱਚ ਖੇਤੀ ਦੇ ਜੋ ਵੀ ਅੱਜ ਅਸੀਂ ਪ੍ਰੋਗਰੈਸ ਕੀਤੀ ਹੋਈ ਹੈ ਪਾਰਟੀਸ਼ਨ ਤੋਂ ਪਿੱਛੋਂ ਉਹਦੇ ਜੋ ਮੇਨ ਤਿੰਨ ਹੀਰੋ ਨੇ ਉਹਨਾਂ ਦੇ ਵਿੱਚ ਨੰਬਰ 1 ਤੇ ਹੈ ਅਮਰੀਕਨ ਐਗਰੀਕਲਚਰ ਸਾਇੰਟਿਸਟ ਡਾਕਟਰ ਨਾਰਮਨ ਬਰਲੌਗ ਤੇ ਨੰਬਰ 2 ਦੇ ਵਿੱਚ ਸਾਡੇ ਜੋ ਹੀਰੋ ਨੇ ਉਹ ਹੈਗੇ ਨੇ ਡਾਕਟਰ ਐਮ ਐਸ ਸੁਆਮੀਨਾਥਨ ਜਿਨ੍ਹਾਂ ਦਾ ਜ਼ਿਕਰ ਅਸੀਂ ਆਮ ਹੀ ਸੁਣਦੇ ਹਾਂ ਸੁਆਮੀਨਾਥਨ ਰਿਪੋਰਟ ਦੇ ਨਾਂ ਤੋਂ ਤੇ ਤੀਜੇ ਨੰਬਰ ਤੇ ਜੋ ਸਾਡੇ ਹੀਰੋ ਨੇ ਉਹ ਸਾਡੇ ਆਪਣੇ ਸਟੇਟ ਦੇ ਉਹ ਸਰਦਾਰ ਪ੍ਰਤਾਪ ਸਿੰਘ ਕੈਰੋ ਜੋ ਕਿ ਪੰਜਾਬ ਦੇ ਚੀਫ ਮਿਨਿਸਟਰ ਬਣੇ ਸੀਗੇ 1956 ਦੇ ਵਿੱਚ ਇਹ ਤਿੰਨ ਬੰਦੇ ਉਹ ਨੇ ਜਿਨ੍ਹਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੇ ਹੋਰ ਜੋ ਪੰਜਾਬ ਦੇ ਵਿੱਚ ਐਗਰੀਕਲਚਰ ਨਾਲ ਰਿਲੇਟਡ ਇਹਨਾਂ ਨੇ ਡਿਪਾਰਟਮੈਂਟ ਖੋਲੇ ਐਜੂਕੇਸ਼ਨਲ ਇੰਸਟੀਟਿਊਸ਼ਨ ਖੋਲੇ ਉਹਨਾਂ ਦੀ ਸਾਰਿਆਂ ਦੀ ਕਲੈਬੋਰੇਸ਼ਨ ਦੇ ਨਾਲ ਇਹਨਾਂ ਨੇ ਖੇਤੀ ਨੂੰ ਨੰਬਰ 1 ਬਣਾਇਆ ਪੂਰੇ ਹਿੰਦੁਸਤਾਨ ਦੇ ਵਿੱਚ ਤੇ ਗ੍ਰੀਨ ਰੈਵੋਲੂਸ਼ਨ ਜੋ ਆਇਆ ਇੰਡੀਆ ਦੇ ਵਿੱਚ ਉਹ ਪੰਜਾਬ ਦੇ ਨਾਲ-ਨਾਲ ਦੂਜੇ ਸਟੇਟਾਂ ਨੇ ਵੀ ਕਾਫੀ ਮਿਹਨਤ ਕੀਤੀ ਪਰ ਅਸੀਂ ਪੰਜਾਬ ਵਾਲੇ ਉਸ ਦੇ ਵਿੱਚ ਸਭ ਤੋਂ ਅੱਗੇ ਸੀਗੇ ਤੇ ਮੈਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੋਂ ਹੀ ਪਹਿਲਾਂ ਸ਼ੁਰੂ ਕਰਦਾ ਹਾਂ ਜੋ ਕਿ ਸਾਡੇ ਆਪਣੇ ਸਟੇਟ ਤੋਂ ਸਨ ਵੀ ਉਹਨਾਂ ਦੀ ਕੀ ਦੇਣ ਹੈਗੀ ਸਰਦਾਰ ਪ੍ਰਤਾਪ ਸਿੰਘ ਕੈਰੋ 1920 ਦੇ ਵਿੱਚ ਅਮਰੀਕਾ ਪੜਨ ਗਏ ਸੀਗੇ ਉਹ 11 ਸਾਲ ਉੱਥੇ ਪੜ੍ਹ ਕੇ ਆਏ ਨੇ ਉਹਨਾਂ ਨੇ ਮਾਸਟਰ ਆਫ ਇਕਨੋਮਿਕਸ ਕੈਲੀਫੋਰਨੀਆ ਵਰਕਲੇ ਯੂਨੀਵਰਸਿਟੀ ਤੋਂ ਕੀਤੀ ਤੇ ਫਿਰ ਉਹਨਾਂ ਨੇ ਮਾਸਟਰ ਆਫ ਪੋਲੀਟੀਕਲ ਸਾਇੰਸ ਮਿਸ਼ੀਗਨ ਯੂਨੀਵਰਸਿਟੀ ਤੋਂ ਕੀਤੀ ਤੇ ਫਿਰ ਉਹਨਾਂ ਨੇ ਉੱਥੇ ਜੋ ਕਿ ਅਮਰੀਕਾ ਦੇ ਵਿੱਚ ਐਗਰੀਕਲਚਰ ਬਹੁਤ ਲਾਰਜ ਸਕੇਲ ਤੇ ਹੋ ਰਹੀ ਸੀ ਉੱਥੇ ਉਹਨਾਂ ਨੇ ਰਿਸਰਚ ਕੀਤੀ ਐਗਰੀਕਲਚਰ ਦੇ ਫੀਲਡ ਦੇ ਵਿੱਚ ਉਹਨਾਂ ਨੇ ਫਾਰਮਿੰਗ ਦਾ ਸਾਰਾ ਦੇਖਿਆ ਵੀ ਕੀ ਹਸਾਬ ਦਾ ਵਾ ਉਹਨਾਂ ਨੇ ਫਾਰਮਾਂ ਦੇ ਵਿੱਚ ਕੰਮ ਵੀ ਕੀਤਾ ਫਸਲਾਂ ਵੀ ਤੋੜੀਆਂ ਫਰੂਟ ਵੀ ਤੋੜੇ ਸਾਰਾ ਕੁਝ ਕੀਤਾ ਤੇ ਉਹ 1956 ਦੇ ਵਿੱਚ ਪੰਜਾਬ ਦੇ Chief Minister ਬਣੇ ਉਹਨਾਂ ਨੇ ਆ ਕੇ ਲੈਂਡ ਰਿਫਾਰਮ ਦਾ ਕੰਮ ਸ਼ੁਰੂ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਜੋ ਜ਼ਮੀਨ ਸੀ ਇੱਕ ਇੱਕ ਪਰਿਵਾਰ ਦੀ ਉਹ ਟੁਕੜਿਆਂ ਵਿੱਚ ਪਈ ਸੀ ਦੋ ਜੇ ਕਿਸੇ ਕੋਲ 10 ਏਕੜ ਦੀ ਜ਼ਮੀਨ ਸੀ ਤਾਂ ਉਹ 20-25 ਜਗ੍ਹਾ ਖਿਲਰੀ ਪਈ ਸੀ ਉਹਨਾਂ ਨੇ ਆ ਕੇ ਪਹਿਲਾਂ ਕਿੱਲੇਬੰਦੀ ਕਰਵਾਈ ਜਿਸ ਦੇ ਨਾਲ ਜਿਸ ਜਿਸ ਕੋ ਜਿੰਨੀ ਜਿੰਨੀ ਜ਼ਮੀਨ ਸੀਗੀ ਉਹ ਸਾਰੀ ਇੱਕ ਇੱਕ ਟੱਕਾਂ ਦੇ ਵਿੱਚ ਇਕੱਠੀ ਕੀਤੀ ਤੇ ਦੂਜੀ ਗੱਲ ਜਦੋਂ 1947 ਦੇ ਵਿੱਚ ਪਾਰਟੀਸ਼ਨ ਹੋਈ ਹੈ ਤਾਂ ਪੰਜਾਬ ਦੇ ਕੋਲ ਉਸ ਟਾਈਮ 47 ਲੱਖ ਏਕੜ ਜ਼ਮੀਨ ਵਾਯੋਗ ਉਹ ਸੀ ਜਿਸ ਨੂੰ ਪਾਣੀ ਲੱਗਦਾ ਸੀਗਾ ਪਰ ਸਿਰਫ 4 ਲੱਖ 88000 ਏਕੜ ਨੂੰ ਹੀ ਪਾਣੀ ਲੱਗ ਰਿਹਾ ਸੀ। ਬਾਕੀ ਸਾਰੀ ਜ਼ਮੀਨ ਬਰਾਨੀ ਪਈ ਸੀਗੀ। ਤੇ ਉਸ ਟਾਈਮ 1973 ਟਿਊਬਲ ਲੱਗੇ ਹੋਏ ਸੀ ਟੋਟਲ ਪੰਜਾਬ ਦੇ ਵਿੱਚ। ਤੇ ਜਿਨ੍ਹਾਂ ਵਿੱਚ 325 ਟਿਊਬਲ ਬਿਜਲੀ ਦੀਆਂ ਮੋਟਰਾਂ ਨਾਲ ਚੱਲਦੇ ਸੀਗੇ। ਤੇ ਬਾਕੀ ਤੇ ਸਾਰਿਆਂ ਤੇ ਡੀਜ਼ਲ ਇੰਜਣ ਲੱਗੇ ਹੋਏ ਸਨ। ਤੇ ਟਰੈਕਟਰ ਵੀ ਕੋਈ ਜ਼ਿਆਦਾ ਨਹੀਂ ਸੀਗੇ। ਕੋਈ 1.5 1350 ਟਰੈਕਟਰ ਸੀਗਾ ਪੂਰੇ ਪੰਜਾਬ ਦੇ ਵਿੱਚ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਬਈ 47 ਲੱਖ ਏਕੜ ਦੀ ਖੇਤੀ ਇਹ ਨਿਕ ਟਰੈਕਟਰ ਕਰ ਸਕਦੇ ਸੀਗੇ ਪਰ ਜਦੋਂ ਇਹ ਸਰਦਾਰ ਪ੍ਰਤਾਪ ਸਿੰਘ ਕਹਰੋਂ ਆਏ ਤਾਂ ਉਹਨਾਂ ਕੋਲ ਵਿਜਨ ਸੀਗਾ ਉਹਨਾਂ ਨੇ ਨਾਲ ਦੀ ਨਾਲ ਹੀ ਬਾਕੀ ਜੋ এডਿਕੇਸ਼ਨ ਇੰਸਟੀਚੂਨਸ ਹਨ ਉਹ ਸੈਟਅਪ ਕਰਨੇ ਸ਼ੁਰੂ ਕਰਤੇ ਇੰਡਸਟਰੀ ਇੰਸਟੀਚੂਨਸ ਹਨ ਉਹ ਸੈਟਅਪ ਸ਼ੁਰੂ ਕਰਤੇ ਮੈਡੀਕਲ ਇੰਸਟੀਚੂਨਸ ਹਨ ਉਹ ਸੈਟਅਪ ਸ਼ੁਰੂ ਕਰਤੇ ਜਿਨ੍ਹਾਂ ਦੇ ਵਿੱਚ ਮੈਂ ਤੁਹਾਨੂੰ ਮੇਨ ਮੇਨ ਦੱਸ ਦਿੰਨਾ ਹੈ ਕੈਰੋਂ ਸਾਹਿਬ ਨੇ 1955 ਦੇ ਵਿੱਚ ਕੁਰਕ ਖੇਤਰ ਯੂਨੀਵਰਸਿਟੀ ਦਾ ਨੀ ਪੱਤਰ ਰੱਖਿਆ ਫਿਰ ਨਾਲ ਦੀ ਨਾਲ ਹੀ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੀਆਈਯੂ ਲੁਧਿਆਣੇ ਦਾ 1962 ਦੇ ਵਿੱਚ ਤੇ ਪੀਜੀਆਈ 1963 ਦੇ ਵਿੱਚ ਉਹਨਾਂ ਨੇ ਚੰਡੀਗੜ੍ਹ ਲੈ ਕੇ ਜਾਂਦੀ ਤੇ ਐਚਐਮਟੀ ਪੰਜੌਰ ਜੋ ਕਿ ਪਹਿਲਾਂ ਕੜੀਆਂ ਬਣਾਉਂਦੀ ਸੀ ਤੇ ਫਿਰ ਉਸਨੇ ਟਰੈਕਟਰ ਵੀ ਬਣਾਏ ਹੈਗੇ ਨੇ ਜੀਟਰ ਉਹ ਇਹਨਾਂ ਕਰਨ ਸਾਹਿਬ ਨੇ ਹੀ ਲਿਆਂਦੀ ਸੀ ਕਿ ਸੈਂਟਰ ਤੋਂ ਫਿਰ ਨੰਗਲ ਖਾਦ ਫੈਕਟਰੀ ਸੀ ਜੋ ਉਹ ਉਹਨਾਂ ਨੇ ਲਗਵਾਈ ਤੇ ਉਸ ਦੇ ਨਾਲ ਕੱਲਾ ਖਾਦ ਨਹੀਂ ਸੀ ਬਣਦਾ ਉਸ ਦੇ ਨਾਲ ਹੈਵੀ ওয়াਟਰ ਵੀ ਬਣਦਾ ਹੈ ਜੋ ਕਿ ਨਿਊਕਲੀਅਰ ਵੈਪਨਸ ਵਗੈਰਾ ਦੇ ਵਿੱਚ ਜਾਂ ਹੋਰ ਕਿਸੇ ਮਿਲਟਰੀ ਯੂਜ਼ ਦੇ ਵਿੱਚ ਵੀ ਯੂਜ਼ ਹੁੰਦਾ ਹੈ ਤੇ ਤੁਰੀ 슈ਗਰ ਮਿਲ ਸੀ ਜਿਹੜੀ ਲੱਗੀ ਉਹ ਵੀ ਸਰਦਾਰ ਕਰਨ ਨੇ ਹੀ ਲਗਵਾਈ ਸੀਗੀ ਤੇ ਇੰਡੋਸਵਿਸ ਟ੍ਰੇਨਿੰਗ ਸੈਂਟਰ ਜੋ ਚੰਡੀਗੜ੍ਹ ਦੇ ਵਿੱਚ ਸਥਿਤ ਹੈ ਉਹ ਉਹਨਾਂ ਨੇ ਜੋ ਕਿ ਪੂਨੇ ਵਿੱਚ ਲੱਗ ਰਿਹਾ ਸੀ ਉਹਨਾਂ ਨੇ ਪ੍ਰੈਸ਼ਰ ਪਾ ਕੇ ਸੈਂਟਰ ਗਵਰਨਮੈਂਟ ਤੇ ਉਦੋਂ ਉਹ ਸ਼ਿਫਟ ਚੰਡੀਗੜ੍ਹ ਕਰਵਾ ਲਿਆ ਹੁਣ ਬਹੁਤੇ ਲੋਕਾਂ ਨੂੰ ਜਿਸ ਨੂੰ ਉਹਨਾਂ ਬਾਰੇ ਨੋਲੇਜ ਹੈਗੀ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਉੱਥੋਂ ਇੰਜੀਨੀਅਰ ਡਿਪਲੋਮਾ ਵਗੈਰਾ ਕਰਕੇ ਆ ਡਿਗਰੀਆਂ ਕਰਕੇ ਨਿਕਲਦੇ ਨੇ ਉਹ ਬਾਹਰ ਕਿਤੇ ਵੀ ਜੋ ਆਟੋਨਟਸਟੀ ਹੈਗੀ ਉਹਦੇ ਵਿੱਚ ਬੜੇ ਟੌਪ ਜੌਬਾਂ ਦੇ ਉੱਤੇ ਇੰਜੀਨੀਅਰ ਲੱਗੇ ਹੋਏ ਨੇ ਡੈਟਰਾਇਟ ਵਗੈਰਾ ਦੇ ਵਿੱਚ ਕੈਨੇਡਾ ਦੇ ਸ਼ਹਿਰ ਵਿਨਜ਼ਰ ਦੇ ਵਿੱਚ ਤੇ ਫਿਰ ਇਹਨਾਂ ਨੇ ਚੰਡੀਗੜ੍ਹ ਸ਼ਹਿਰ ਦਾ ਨਿਰਮਾਣ ਕਰਵਾਇਆ ਤੇ ਨਾਲ ਦੀ ਨਾਲ ਹੀ ਫਰੀਦাবাদ ਬਣਾਇਆ ਜੋ ਕਿ ਇੰਡਸਟਰੀਅਲ Town ਸੀਗਾ ਤੇ ਇਹ ਤਾਂ ਉਹਨਾਂ ਦੀ ਜੋ ਕਿ ਇਨਫਰਾਸਟ੍ਰਕਚਰ ਦੇ ਵਿੱਚ ਦੇਣ ਸੀ ਫਿਰ 1961 ਦੇ ਵਿੱਚ ਗੈਰੋਂ ਸਾਹਿਬ ਨੇ ਜੋ ਐਜੂਕੇਸ਼ਨ ਸੀਗੀ ਉਹ ਕੰਪਲਸਰੀ ਕਰ ਦਿੱਤੀ ਲੜਕਿਆਂ ਵਾਸਤੇ 8ਵੀਂ ਤੱਕ ਪੜ੍ਹਾਈ ਕਰਨੀ ਕੰਪਲਸਰੀ ਸੀਗੀ ਤੇ ਲੜਕੀਆਂ ਨੂੰ 9ਵੀਂ ਤੱਕ ਪੜ੍ਹਾਈ ਕਰਨੀ ਉਹਨਾਂ ਨੇ ਕੰਪਲਸਰੀ ਕਰ ਦਿੱਤੀ ਇਹ ਵੀ ਇੱਕ ਉਹਨਾਂ ਦੀ ਬਹੁਤ ਵੱਡੀ ਦੇਣ ਸੀਗੀ ਸਾਡੀ ਸੋਸਾਇਟੀ ਨੂੰ ਤੇ ਸਾਡੇ ਸਟੇਟ ਨੂੰ ਤੇ 1965 ਦੇ ਵਿੱਚ ਜੋ ਹਿੰਦੁਸਤਾਨ ਦੇ ਵਿੱਚ ਫੂਡ ਦੀ ਕਮੀ ਹੋ ਗਈ ਤੇ ਭੁੱਖਮਰੀ ਦੀ ਹਾਲਤ ਆ ਗਈ ਸੀਗੀ ਤੇ ਜੋ ਸਾਡੇ ਹੀਰੋ ਨੰਬਰ 2 ਸਨ ਜਿਨ੍ਹਾਂ ਨੂੰ ਫਾਦਰ ਆਫ ਗ੍ਰੀਨ ਰੈਵੋਲੂਸ਼ਨ ਆਫ ਇੰਡੀਆ ਕਿਹਾ ਜਾਂਦਾ ਹੈ ਡਾਕਟਰ ਐਮ ਐਸ ਸੁਆਮੀਨਾਥਨ ਜਿਨ੍ਹਾਂ ਨੇ ਜੈਨੇਟਿਕਸ ਦੀ ਸਟੱਡੀ ਕੀਤੀ ਹੋਈ ਸੀਗੀ ਸਾਇੰਟਿਸਟ ਸਨ ਉਹ ਤੇ ਉਹ ਇੰਡੀਅਨ ਐਗਰੀਕਲਚਰ ਰਿਸਰਚ ਦੇ ਵਿੱਚ ਡਾਇਰੈਕਟਰ ਦੇ son ਉਹਨਾਂ ਨੇ ਜੋ ਕਿ ਡਾਕਟਰ ਨੋਰਮਨ ਬਰਲੌਗ ਮੈਕਸੀਕੋ ਦੇ ਵਿੱਚ ਕਣਕ ਦੇ ਬੀਜਾਂ ਦੇ ਉੱਤੇ ਰਿਸਰਚ ਕਰ ਰਹੇ ਸਨ ਉਹਨਾਂ ਨੂੰ ਇੰਡੀਆ ਗਵਰਨਮੈਂਟ ਤੋਂ ਇੱਕ ਇਨਵੀਟੇਸ਼ਨ ਦਵਾਇਆ ਕਿਉਂਕਿ ਉਸ ਟਾਈਮ ਉਹ ਖੁਦ ਵੀ ਐਗਰੀਕਲਚਰ ਮਿਨਿਸਟਰ ਬਣ ਚੁੱਕੇ ਸਨ ਸੈਂਟਰ ਦੇ ਵਿੱਚ ਤੇ ਚਲੋ ਜੋ ਵੀ ਸੈਂਟਰ ਦੀ ਫਾਰਮੈਲਟੀ ਸੀਗੀਆਂ ਉਸ ਦੇ ਪਿੱਛੋਂ 1963 ਦੇ ਵਿੱਚ ਡਾਕਟਰ ਨਾਰਮਨ ਵਰਲੌਗ ਤੇ ਉਹਨਾਂ ਦੇ ਨਾਲ ਇੱਕ ਉਹਨਾਂ ਦੇ ਹੋਰ ਸਾਥੀ ਉਹ ਇੰਡੀਆ ਆਏ ਤੇ ਉਹ ਆਪਣੇ ਦੇ ਨਾਲ 100-100 ਕਿਲੋ ਚਾਰ ਕਣਕ ਦੀਆਂ ਜੋ ਵੈਰਾਈਟੀਆਂ ਸੀਗੀਆਂ ਉਹ ਮੈਕਸੀਕੋ ਤੋਂ ਲੈ ਕੇ ਆਏ ਜੋ ਕਿ ਬਹੁਤ ਛੋਟੇ ਸਾਈਜ਼ ਦੀ ਕਣਕ ਸੀਗੀ ਤੇ ਉਹਨਾਂ ਨੇ ਇੱਥੇ ਆ ਕੇ ਜਦੋਂ ਵਿਜ਼ਿਟ ਕੀਤਾ ਉਹਨਾਂ ਨੂੰ ਪੰਜਾਬ ਵਿਜ਼ਿਟ ਕਰਵਾਇਆ ਗਿਆ ਉਹਨਾਂ ਨੂੰ ਕਾਨਪੁਰ ਜੋ ਪੰਤਨਗਰ ਦੇ ਵਿੱਚ ਐਗਰੀਕਲਚਰਲ ਯੂਨੀਵਰਸਿਟੀ ਸੀਗੀ ਉਹ ਵਿਜ਼ਿਟ ਕਰਵਾਈ ਗਈ ਤੇ ਪੂਨੇ ਦੇ ਵਿੱਚ ਉਹਨਾਂ ਨੂੰ ਵਿਜ਼ਿਟ ਕਰਵਾਇਆ ਗਿਆ ਤੇ ਉਹਦੇ ਵਿੱਚ ਜੋ ਪੰਜਾਬ ਸੀਗੀ ਪੰਜਾਬ ਸਰਕਾਰ ਦੇ ਉਦੋਂ ਸੀਐਮ ਕੇਰੋਂ ਸਾਹਿਬ ਉਹਨਾਂ ਨੇ ਤੇ ਪੀਓਈ ਦੇ ਉਸ ਟਾਈਮ ਤੋਂ ਜੋ ਸਾਇੰਟਿਸਟ ਸਨ ਸਾਡੇ ਉਹਨਾਂ ਨੇ ਉਹਨਾਂ ਨੂੰ ਵੈਲਕਮ ਕੀਤਾ ਤੇ ਉਹਨਾਂ ਨੇ ਦੇਖਿਆ ਵੀ ਜੋ ਪੰਜਾਬ ਹੈਗਾ ਇਹ ਐਕਸਪੈਰੀਮੈਂਟ ਵਾਸਤੇ ਜਿਆਦਾ ਤਿਆਰ ਹੈਗਾ ਦੂਜੇ ਸਟੇਟਾਂ ਨਾਲ ਤੇ ਫਿਰ ਉਹਨਾਂ ਨੇ ਉਥੋਂ ਉਹ ਜਿਹੜੇ ਬੀਜ ਸੀਗੇ ਇਹਨਾਂ ਨੂੰ ਦਿੱਤੇ ਇਹਨਾਂ ਨੇ ਇੱਕ ਐਕਸਪੈਰੀਮੈਂਟ ਕਰਕੇ ਦੇਖੇ ਤੇ ਉਹ ਬੀਜ ਇੱਥੇ ਉਦੋਂ ਪੀਯੂ ਦੇ ਵਿੱਚ ਜੋ ਡਾਇਰੈਕਟਰ ਸਰ ਰਿਸਰਚ ਦੇ ਡਾਕਟਰ ਨਭਤੇਜ ਸਿੰਘ ਬੈਂਸ ਉਹਨਾਂ ਨੇ ਤੇ ਜੀਐਸ ਕਲਕੱਟ ਉਸ ਟਾਈਮ ਜੋ ਡਿਪਟੀ ਡਾਇਰੈਕਟਰ ਐਗਰੀਕਲਚਰ ਸੀਗੀ ਪੰਜਾਬ ਦੇ ਉਹਨਾਂ ਨੇ ਬੜਾ ਇਨੀਸ਼ੀਏਟਿਵ ਲੈ ਕੇ ਉਹ ਜਿਹੜੀ ਰਿਸਰਚ ਸੀਗੀ ਉਸ ਨੂੰ ਅੱਗੇ ਪ੍ਰੋਸੀਡ ਕੀਤਾ ਤੇ ਉਸ ਦੇ ਕਾਫੀ ਅੱਛੇ ਰਿਜ਼ਲਟ ਆਏ ਤੇ ਉਸ ਤੋਂ ਬਾਅਦ ਇਹਨਾਂ ਨੇ 18000 ਟਨ ਕਣਕ ਜੋ ਬੀਜ ਸੀਗਾ ਉਹ ਮੈਕਸੀਕੋ ਤੋਂ ਮੰਗਵਾਇਆ ਇਹ 1900 ਤਕਰੀਬਨ 76 ਦੀ ਗੱਲ ਹੈਗੀ ਤੇ ਉਸ ਬੀਜ ਨੂੰ ਜਦੋਂ ਉਹ ਪੋਰਟ ਤੇ ਪਹੁੰਚਿਆ ਉਹਦੇ ਵਿੱਚ ਪੰਜਾਬ ਦਾ ਵੀ ਹਿੱਸਾ ਸੀਗਾ ਪੰਜਾਬ ਵਾਲਿਆਂ ਨੇ ਟ੍ਰੇਨਾਂ ਦੀ ਵੇਟ ਨਹੀਂ ਕੀਤੀ ਵੀ ਉਹ ਟ੍ਰੇਨਾਂ 'ਚ ਬੀਜ ਆਏਗਾ ਇਹਨਾਂ ਨੇ ਟਰੱਕ ਭੇਜ ਕੇ ਆਪਣੇ ਉੱਥੇ ਉਹ ਬੀਜ ਆਪਣੇ ਹਿੱਸੇ ਦਾ ਉਥੋਂ ਕੰਡਲਾ ਕੋਟ ਤੋਂ ਲੱਦ ਕੇ ਪੰਜਾਬ 'ਚ ਲਿਆਂਦਾ ਪੰਜਾਬ ਦੇ ਵਿੱਚ ਜਿਹੜੇ ਉਸ ਟਾਈਮ ਕੈਦੀ ਸਨ ਜੇਲਾਂ ਦੇ ਵਿੱਚ ਉਹਨਾਂ ਨੇ ਵੀ ਹਿੱਸਾ ਪਾਇਆ ਇਸ ਰੈਵੋਲੂਸ਼ਨ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ 10-10 ਕਿਲੋ ਦੀਆਂ ਥੈਲੀਆਂ ਬਣਾਉਣ ਦਾ ਕੰਮ ਜੇਲਾਂ ਦੇ ਵਿੱਚ ਕੈਦੀਆਂ ਨੂੰ ਦੇ ਦਿੱਤਾ ਤੇ ਉਹਨਾਂ ਨੇ ਉਹ ਥੈਲੀਆਂ ਤਿਆਰ ਕੀਤੀਆਂ ਤੇ ਜਿੰਨਾ ਵੀ ਪੰਜਾਬ ਦੇ ਹਿੱਸੇ ਦਾ ਬੀ ਸੀਗਾ ਉਹ 10-10 ਕਿਲੋ ਦੀਆਂ ਥੈਲੀਆਂ ਬਣਾ ਕੇ ਅੱਗੇ ਜ਼ਿਮੀਂਦਾਰਾਂ ਨੂੰ ਵੰਡੀਆਂ ਗਈਆਂ ਤੇ ਭਜਵਾਈਆਂ ਗਈਆਂ ਤੇ 90000 ਜਿਹੜੇ ਡੀਜ਼ਲ ਇੰਜਨ ਉਹ ਸਰਕਾਰ ਨੇ ਪੰਜਾਬ ਦੇ ਵਿੱਚ ਲਿਆਂਦੇ ਜੋ ਜ਼ਿੰਮੇਦਾਰਾ ਨੂੰ ਦਿੱਤੇ ਰੇ ਤੇ ਨਾਲ ਦੀ ਨਾਲ ਬਿਜਲੀ ਦੇ ਇੱਕ ਕਨੈਕਸ਼ਨ ਲੈਣ ਵਾਲੇ ਨੂੰ 5000 ਰੁਪਏ ਦਾ ਰਿਵਾਰਡ ਦਿੱਤਾ ਜਾਂਦਾ ਸੀਗਾ ਤੇ 250 ਬੰਦੇ ਇਹਨਾਂ ਨੇ ਇੰਜੀਨੀਅਰ ਟ੍ਰੇਨਿੰਗ ਤੇ ਭੇਜੇ ਜਿਹੜੇ ਬੋਰ ਕਰਨ ਦੀ ਟ੍ਰੇਨਿੰਗ ਲੈ ਕੇ ਆਏ ਸੀਗੇ ਤੇ ਉਹਨਾਂ ਨੇ ਅੱਗੇ ਆ ਕੇ ਫਿਰ ਹੋਰ ਬੰਦੇ ਟ੍ਰੇਨਡ ਕੀਤੇ ਤੇ ਪੰਜਾਬ ਦੇ ਵਿੱਚ ਐਦਾਂ ਫਿਰ ਬੋਰ ਲੱਗਣੇ ਸ਼ੁਰੂ ਹੋ ਗਏ ਪਾਣੀ ਦੀ ਜੋ ਸਹੂਲਤ ਸੀਗੀ ਬਹੁਤ ਜ਼ਿਆਦਾ ਜ਼ਮੀਨ ਜੋ ਵਾਈ ਵਾਲੀ ਜ਼ਮੀਨ ਜਿਹੜੀ ਬਿਨਾ ਪਾਣੀ ਤੋਂ ਪਈ ਸੀਗੀ ਉਹ ਕੁਝ ਬੋਰਾ ਦੇ ਨਾਲ ਉਸ ਨੂੰ ਪਾਣੀ ਲੱਗਣਾ ਸ਼ੁਰੂ ਹੋ ਗਿਆ ਤੇ ਬਾਕੀ ਜਿਹੜਾ ਨੰਗਲ ਪਾਖੜਾ ਪ੍ਰੋਜੈਕਟ ਉਹ ਵੀ ਫਿਨਿਸ਼ ਹੋ ਗਿਆ ਸੀਗਾ 1963 ਦੇ ਵਿੱਚ ਪਰ 1957 ਦੇ ਵਿੱਚ ਨਹਿਰੀ ਪਾਣੀ ਸੀਗਾ ਜਿਹੜਾ ਉਹ ਉਹ ਅੱਜ ਦੇ ਪੰਜਾਬ ਦੇ ਸਾਊਥ ਆਫ ਜਿਹੜਾ ਸਾਊਥ ਦਾ ਹਿੱਸਾ ਹੈਗਾ ਦੱਖਣੀ ਹਿੱਸਾ ਉਹਨੂੰ ਉਹ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਗਿਆ ਸੀਗਾ ਤੇ ਜਿਹੜੇ ਇਸ ਦੇ ਵਿੱਚ ਚੌਥੇ ਨੰਬਰ ਤੇ ਤੁਸੀਂ ਕਹਿ ਲੋ ਅਸੀਂ ਹੁਣ ਸੈਂਟਰ ਦੀਆਂ ਸਰਕਾਰਾਂ ਨੂੰ ਗਾਲਾਂ ਕੱਢੀ ਜਾਂਦੇ ਆ ਬਿਨਾਂ ਵਜ੍ਹਾ ਤੋਂ ਉਸ ਟਾਈਮ ਵੀ ਜੋ ਸੈਂਟਰ ਦੀ ਸਰਕਾਰ ਸੀਗੀ ਉਹਨਾਂ ਨੇ ਪੂਰਾ ਕੋਆਪਰੇਟ ਕੀਤਾ ਉਹਨਾਂ ਨੇ ਐਮ ਐਸ ਸੁਆਮੀ ਨਾਥਨ ਨਾਲ ਕੋਆਪਰੇਟ ਕੀਤਾ ਬੀਇੰਗ ਐਗਰੀਕਲਚਰ ਮਿਨਿਸਟਰ ਉਹਨਾਂ ਨੂੰ ਕੋਈ ਵੀ ਬਾਹਰੋਂ ਜੋ ਵੀ ਬੀ ਲਿਆਉਣ ਦੀ ਜਾਂ ਕੋਈ ਵੀ ਪਰਮਿਸ਼ਨ ਚਾਹੀਦੀ ਸੀਗੀ ਉਹ ਸੈਂਟਰ ਸਰਕਾਰ ਨੇ ਹੀ ਉਹਨਾਂ ਨੂੰ ਅਧਿਕਾਰ ਦਿੱਤੇ ਤੇ ਨਾਲ ਦੀ ਨਾਲ ਹੀ ਸਰਦਾਰ ਪ੍ਰਤਾਪ ਸਿੰਘ ਕੈਰ ਉਹਨੂੰ ਉਹਨਾਂ ਨੇ ਫੁੱਲ ਸਪੋਰਟ ਕੀਤੀ ਜੋ ਵੀ ਉਹਨਾਂ ਨੇ ਇਹ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਪੀਜੀਆ ਵਗੈਰਾ ਜਾਂ ਹੋਰ ਇੰਸਟੀਚਿਊਟ ਜਾਂ ਕੋਈ ਜਿਹੜਾ ਇੰਡਸਟਰੀ ਵਗੈਰਾ ਜਿਹੜੀ ਲਈ ਉਹਦੇ ਵਿੱਚ ਪੂਰਾ ਸਹਿਯੋਗ ਦਿੱਤਾ ਤੇ ਉਸ ਤੋਂ ਪਿੱਛੋਂ ਇਨਾਂ ਨੇ ਜਿਹੜੋ ਮਾਰਕਫੈਡ ਪੰਜਾਬ ਮਾਰਕਫੈਟ ਤੇ ਪੰਜਾਬ ਮੰਡੀ ਬੋਰਡ ਲੈਂਡ ਰਿਫਾਰਮਸ ਡਿਪਾਰਟਮੈਂਟ ਪੰਜਾਬ ਐਗਰੋ ਇਹ ਸਾਰੇ ਡਿਪਾਰਟਮੈਂਟ ਜਿਹੜੇ ਸੀਗੇ ਉਹ ਸਟੈਬਲਿਸ਼ ਕੀਤੇ ਜਿਨ੍ਹਾਂ ਨੇ ਕ੍ਰੌਪਸ ਦੀ ਪਰਚੇਜ਼ ਕਰਨੀ ਸੀਗੀ ਜਾਂ ਉਹਨਾਂ ਨੂੰ ਸੰਭਾਲ ਕਰਨੀ ਸੀ ਉਹਨਾਂ ਦੀ ਤੇ ਨਾਲ ਦੀ ਨਾਲ ਹੀ ਐਫਸੀਆਈ ਜਿਹੜੀ ਹੋਂਦ ਵਿੱਚ ਆਈ ਤੇ ਉਹਨਾਂ ਨੇ ਜੋ ਸਾਡੀ ਫਸਲ ਸੀਗੀ ਉਹ ਖਰੀਦਣੀ ਸ਼ੁਰੂ ਕੀਤੀ ਉਸ ਟਾਈਮ ਜਦੋਂ ਮੈਂ 1947 ਦੀ ਗੱਲ ਕਰ ਰਿਹਾ ਹਾਂ ਉਹਦਾ ਪੰਜਾਬ ਦੇ ਵਿੱਚ ਟੋਟਲ ਸਾਰੀ 11.5 ਜਾਂ 12 ਲੱਖ ਟਨ ਕਾ ਜੀਰੀ ਕਣਕ ਸਾਰੀ ਮਿਲਾ ਕੇ ਇੰਨੀ ਕੀ ਫਸਲ ਹੁੰਦੀ ਸੀਗੀ ਤੇ ਮੁੜ ਕੇ 1968 ਦੇ ਤੱਕ ਇਹ ਹਾਲਤ ਆ ਗਈ ਕਿ ਫੂਡ ਜਿਹੜਾ ਸੀਗਾ ਉਹ ਸਰਪਲਸ ਹੋ ਗਿਆ ਤੇ ਸਾਡਾ ਰੈਵੋਲੂਸ਼ਨ ਗ੍ਰੀਨ ਰੈਵੋਲੂਸ਼ਨ ਜੋ ਇੰਡੀਆ ਦਾ ਸੀਗਾ ਉਸ ਨੂੰ ਦੇਖ ਕੇ ਤੇ ਬਾਕੀ ਦੁਨੀਆ ਦੀਆਂ ਹੋਰ ਜਿਹੜੀਆਂ ਮੁਲਕ ਸੀਗੇ ਉਹਨਾਂ ਨੇ ਵੀ ਐਗਜ਼ਾਮਪਲ ਸਾਤੋਂ ਲਈ ਇਹ ਜਿਹੜਾ ਅਸੀਂ ਮਾ ਧਰਨਿਆਂ ਦੇ ਵਿੱਚ ਆਮ ਹੀ ਸੁਣਦਾ ਹੈ ਵੀ ਪੰਜਾਬ ਨੇ ਭੁੱਖਾ ਮਰਦਾ ਮੁਲਕ ਸੰਭਾਇਆ ਤੁਹਾਡਾ ਜਿਵੇਂ ਅਲਮੇ ਜੇ ਲਈ ਜਾਂਦੇ ਅਸੀਂ ਤੇ ਉਹ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਰਿਸਰਚ ਕਰਕੇ ਦੇਖੋ ਹਾਂ ਪੰਜਾਬ ਮੋਟੀ ਸੀਗਾ ਉਹਦੇ ਵਿੱਚ ਕਿਉਂਕਿ ਸਾਡੇ ਕੋਲ ਜ਼ਮੀਨ ਉਪਜਾਊ ਸੀਗੀ ਸਾਡੇ ਕੋਲ ਪੋਲੀਟਿਸ਼ੀਅਨ ਇਮਾਨਦਾਰ ਸੀ ਉਸ ਟਾਈਮ ਦੇ ਇਹਨਾਂ ਕੋਲ ਖਾਸ ਕਰਕੇ ਕੈਰੋ ਸਾਹਿਬ ਜੀਨਾਂ ਕੋਲ ਤਜਰਬਾ ਸੀਗਾ ਅਮਰੀਕਾ ਦਾ ਖੇਤੀ ਦਾ ਉਸ ਕਰਕੇ ਸਾਡੇ ਕੋਲ ਬਹੁਤ ਜ਼ਿਆਦਾ ਐਡਵਾਂਟੇਜ ਸੀਗੇ ਸਾਡੇ ਕੋਲ ਪੀਏਯੂ ਦੇ ਵਿੱਚ بڑے ਜਿਹੜੇ ਇੰਟੈਲੀਜੈਂਟ ਸਾਇੰਟਿਸਟ ਸੀਗੇ ਪਰ ਨਾਲ ਨਾਲ ਪੰਤਨਗਰ ਪੂਨਾ ਕਾਨਪਰ ਇਹਨਾਂ ਜਿਹੜੀਆਂ ਉੱਥੇ ਵੀ ਜਿਹੜੇ ਐਗਰੀਕਲਚਰ ਨਾਲ ਰਿਲੇਟਡ ਇੰਸਟੀਚੂਟ ਸੀਗੇ ਉਹਨਾਂ ਨੇ ਉਹਨਾਂ ਸਟੇਟਾਂ ਦੇ ਵਿੱਚ ਵੀ ਬਹੁਤ ਜਿਆਦਾ ਫਾਰਮਰਜ਼ ਨੂੰ ਹੈਲਪ ਕੀਤੀ ਤੇ ਖੇਤੀ ਨੂੰ ਉੱਤੇ ਚੁੱਕਿਆ ਤੇ ਕੰਬਾਈਨਡ ਸਾਰੇ ਜਿਹੜੇ ਸਟੇਟ ਸੀਗੇ ਜਿਨ੍ਹਾਂ ਜਿਨ੍ਹਾਂ ਦੇ ਵਿੱਚ ਐਗਰੀਕਲਚਰ ਦਾ ਸੀਗਾ ਮੇਨ ਤੰਦਾ ਉਹਨਾਂ ਨੇ ਰਲ ਮਿਲ ਕੇ ਹੀ ਇੰਡੀਆ ਨੂੰ ਉਸ ਕ੍ਰਾਈਸਿਸ ਦੇ ਵਿੱਚੋਂ ਕੱਢਿਆ ਹੈਗਾ ਤੇ ਬਾਕੀ ਬੜਾ ਅਫਸੋਸ ਹੁੰਦਾ ਹੈ ਜਦੋਂ ਅਸੀਂ ਹੁਣ ਆ ਤਰਨਿਆਂ ਦੇ ਵਿੱਚ ਜੋ ਕਿ ਯੂਥ ਹੈਗਾ ਇਹਨਾਂ ਨੂੰ ਬਿਨਾਂ ਵਜ੍ਹਾ ਤੋਂ ਮਿਸ ਗਾਈਡ ਕਰਦੇ ਆ ਤੇ ਇਹਨਾਂ ਨੂੰ ਪੜ੍ਹਨਾ ਚਾਹੀਦਾ ਸਾਡੇ ਪੋਲੀਟਿਸ਼ੀਨਾਂ ਦੀ ਹਿਸਟਰੀ ਪੜ੍ਹਨੀ ਚਾਹੀਦੀ ਹੈ ਤੇ ਇਹ ਕੋਈ ਅੰਤ ਨਹੀਂ ਹੋ ਗਿਆ ਵੀ ਹੁਣ ਅੱਗੇ ਵਾਸਤੇ ਕੋਈ ਇਮਾਨਦਾਰ ਕੋਈ ਸਿਸਟਮ ਪੈਦਾ ਹੀ ਨਹੀਂ ਹੋ ਸਕਦਾ ਪੈਦਾ ਕੀਤਾ ਜਾ ਸਕਦਾ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਤੇ ਉਸ ਕਰਕੇ ਮੇਰਾ ਖਿਆਲ ਆ ਵੀ ਸਾਨੂੰ ਜਿਹੜੀ ਸੋਚ ਹੈ ਉਹ ਸਾਰੂ ਰੱਖਣੀ ਚਾਹੀਦੀ ਹੈ ਤੇ ਨਾ ਕਿ ਜਿਹੜਾ ਔਰ ਜਿਹੜੇ ਧਾਰਮਿਕ ਮੁੱਦੇ ਕਈ ਉਠਾਈ ਜਾਂਦੇ ਨੇ ਇਹਦੇ ਵਿੱਚ ਤੁਹਾਡੇ ਸਾਹਮਣੇ ਆ ਸ਼ੰਭੂ ਮੋਰਚੇ ਦੇ ਵਿੱਚ ਤੁਸੀਂ ਦੇਖਿਆ ਉਦੋਂ ਕੋਈ ਖਾਲਸਾਣ ਦਾ ਲਾੜਾ ਲਾ ਰਿਆ ਸੀਗਾ ਜਦ ਕਿ ਉਹ ਐਡੀ ਵੱਡੀ ਗੱਲ ਨਹੀਂ ਹੈਗੀ ਕੋਈ ਪਰ ਉਹ ਕਿਉਂਕਿ ਮੋਰਚੇ ਦਾ ਉਹਨਾਂ ਦਾ ਕੋਈ ਸਿਰਪੈਰ ਨਹੀਂ ਹੈਗੇ ਤੇ ਉਹਨਾਂ ਨੂੰ ਜਦੋਂ ਕੋਈ ਮੜੀ ਜੀ ਵੀ ਫੂਕ ਮਾਰਦਾ ਉਹਨਾਂ ਨੂੰ ਡਰ ਲੱਗਣ ਲੱਗ ਜਾਂਦਾ ਵੀ ਇਹ ਕਿਤੇ ਜੋ ਅਸੀਂ ਬਣਾਇਆ ਹੈ ਸੈਂਡ ਕਾਸਲ ਤੇ ਇਹ ਡਿੱਗਣਾ ਜਾਵੇ ਤੇ ਹਲੇ ਤੱਕ ਮੈਨੂੰ ਕਿਸੇ ਕਿਸਾਨਾਂ ਦੇ ਮੋਰਚੇ ਦਾ ਮੈਨੂੰ ਪਤਾ ਨਹੀਂ ਉਹ ਕਿਸਾਨਾਂ ਨੇ ਤਾਂ ਚਲੋ ਕੋਈ ਆਪਣੀਆਂ ਉਹਨਾਂ ਦਾ ਇੱਕੋ ਰੱਖਿਆ ਹੋਇਆ ਮਸਲਾ ਵੀ ਜਦੋਂ ਤੱਕ ਬਿਲ ਨਹੀਂ ਵਾਸ ਹੁੰਦੇ ਅਸੀਂ ਉਦੋਂ ਤੱਕ ਗੱਲ ਨਹੀਂ ਕਰਨੀ ਪਰ ਜਿਹੜਾ ਇਹ ਸ਼ੰਭੂ ਮੋਰਚਾ ਹੈਗਾ ਇਹਦੇ ਵਿੱਚ ਮੈਨੂੰ ਕੋਈ ਇਹਨਾਂ ਦਾ ਮੈਨੀਫੈਸਟੋ ਜਾਂ ਇਹਨਾਂ ਦੀ ਕੋਈ ਡਿਮਾਂਡਸ ਜਿਹੜੀਆਂ ਪੇਪਰ ਤੇ ਲਿਖੀਆਂ ਹੋਣ ਵੀ ਸਾਡੀਆਂ ਆਹ 10 ਡਿਮਾਂਡਸ ਹੈਗੀਆਂ ਉਹਨਾਂ ਦੀ ਵਜ੍ਹਾ ਕਰਕੇ ਅਸੀਂ ਬੈਠੇ ਆ ਇੱਥੇ ਉਹ ਇਦਾਂ ਦੀ ਕੋਈ ਗਾਇਡਲਾਈਨ ਨਹੀਂ ਹੈਗੀ ਤੇ ਉਹ ਬਿਨਾਂ ਕਿਸੇ ਏਮ ਤੋਂ ਉੱਥੇ ਬੈਠੇ ਆ ਹੋਂਦ-ਹੋਂਦ ਦੀਆਂ ਗੱਲਾਂ ਕਰੀ ਜਾਂਦੇ ਨੇ ਤੇ ਮੇਰਾ ਨਹੀਂ ਖਿਆਲ ਵੀ ਇਹਨਾਂ ਦੇ ਪੱਲੇ ਕੁਝ ਪੈਣਾ ਹੈਗਾ ਤੇ ਪਰ ਇਹਨਾਂ ਕੁ ਜ਼ਰੂਰ ਹੈਗਾ ਇਹਦੇ ਵਿੱਚ ਜਿੰਨਾ ਇੱਥੇ ਪੜਿਆ ਲਿਖਿਆ ਨੌਜਵਾਨ ਆ ਰਿਹਾ ਹੈ ਤੇ ਆਪਣੀਆਂ ਨੌਜਵਾਨ ਇੱਕ ਦੋ ਮੈਂ ਲੜਕੀਆਂ ਵੀ ਬੁਲਦੀਆਂ ਦੇਖੀਆਂ ਉੱਥੇ ਪੜੀਆਂ ਲਿਖੀਆਂ ਤੇ ਉਹ ਉਹਨਾਂ ਨੂੰ ਵੀ ਕੋਈ ਮੁੱਦੇ ਦੇ ਵਿਚਾਰੀਆਂ ਦਾ ਉਹਨਾਂ ਦਾ ਕੋਈ ਲੱਗਦੀ ਨਹੀਂ ਨੌਲੇਜ ਉਹ ਸਿਰਫ ਕੱਠ ਨੂੰ ਦੇਖ ਕੇ ਹੀ ਵਿੱਚ ਆਪਣਾ ਪਬਲਿਸਿਟੀ ਜੀ ਕਰਾਉਣ ਵਾਸਤੇ ਆ ਕੇ ਕੁਝ ਨਾ ਕੁਝ ਬੋਲੀ ਜਾਂਦੀਆਂ ਨੇ